ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਅਮਰਿਕ ਸਿੰਘ ਅੱਜ ਮੈਂ ਬੇਬੇ ਨਾਲ ਨਵੀਂ ਵੀਡੀਓ ਲੈ ਕੇ ਆਇਆਗਾ ਸੁਣਾਓ ਬੇਬੇ ਇਹੋ ਭਾਈ ਰਾਜੇ ਦੇ ਨਾਲ ਸੱਤ ਪੁੱਤ ਸੀ ਇੱਕ ਤੀ ਸੀ ਜਦੋਂ ਕਤੀ ਸੀ ਨਾ ਉਹ ਕਹਿੰਦੀ ਹੈ ਕਹਿੰਦੀ ਕਹਿੰਦੀ ਕੁੜੀਆਂ ਆ ਕੇ ਪਹਿਲਾਂ ਤਾਂ ਕਹਿੰਦੀ ਵੀ ਤੀਆਂ ਤੇ ਜਾਣਗੀਆਂ ਤਾਂ ਕਹੇ ਭਾਈ ਮੈਂ ਸਾਲੂ ਲੈ ਕੇ ਜਾਣਾ ਉਹ ਕਹਿੰਦੀ ਵੀ ਤੂੰ ਕੀ ਕਰੇਂਗੀ ਤੀਆਂ ਤੇ ਜੱਟਾਂ ਦੀਆਂ ਕੁੜੀਆਂ ਨੇ ਤਾਂ ਜਾਣੇ ਜਾਣਾ ਤੂੰ ਰਾਮ ਰਾਮ ਕਰ ਰਾਜੇ ਦੀ ਇੱਕ ਕੁੜੀ ਐ ਉਹਦੀ ਮਾਂ ਕਹਿੰਦੀ ਅੱਛਾ ਕਹਿੰਦੀ ਨਾ ਕਹਿੰਦੀ ਮੈਂ ਤਾਂ ਜਾਉਂਗੀ ਭਾਈ ਸਾਲੂ ਆਵਦੀ ਕਹਿੰਦੀ ਪਰਝਾਈ ਤੋਂ ਮੰਗ ਕੇ ਲੈ ਜੂ ਭਾਈ ਪਰਝਾਈ ਦੇ ਵਾਗ ਗਈ ਪਰਝਾਈ ਨੂੰ ਕਹਿੰਦੀ ਭਾਬੀ ਭਾਬੀ ਸਾਲੂ ਦੇ ਸਹੀ ਕਹਿੰਦੀ ਦੂਜੀ ਤੋਂ ਲੈ ਜਾ ਦੂਜੀ ਨੂੰ ਕਹਿੰਦੀ ਭਾਬੀ ਭਾਬੀ ਸਾਲੂ ਦੇ ਉਹ ਕਹਿੰਦੀ ਭਾਈ ਤੀਜੀ ਤੋਂ ਲੈ ਜਾ ਤੀਜੀ ਦੇ ਜਾ ਕੇ ਕਹਿੰਦੀ ਭਾਬੀ ਭਾਬੀ ਸਾਲੂ ਦੇ ਕਹਿੰਦੀ ਚੌਥੀ ਤੋਂ ਲੈ ਜਾ ਫਿਰ ਪੰਜਵੀਂ ਦੇ ਵਾਗ ਗਈ ਕਿਸੇ ਨੇ ਸਾਰੀਆਂ ਜਵਾਬ ਦੇਈ ਜਾਣ ਹਮ ਜਦੋਂ ਪੰਜਵੀਂ ਦੇ ਵਾਗੀ ਕਹਿੰਦੀ ਭਾਬੀ ਭਾਬੀ ਸਾਲੂ ਦੀ ਕਹਿੰਦੀ ਸੀਮੀ ਤੋ ਲੈ ਜਾ ਸੀਮੀ ਦੇ ਵਾਗੀ ਭਾਬੀ ਭਾਬੀ ਸਾਲੂ ਦੀ ਉਹ ਕਹਿੰਦੀ ਸੱਤਮੀ ਤੋ ਲੈ ਜਾ ਭਾਈ ਸੱਤਮੀ ਨੂੰ ਜਾ ਕੇ ਕਹਿੰਦੀ ਭਾਬੀ ਭਾਬੀ ਸਾਲੂ ਦੀ ਉਹ ਕਹਿੰਦੀ ਸਾਲੂ ਤਾਂ ਲੈ ਜਾ ਜੇ ਡੱਬਾ ਪਾਤੇ ਮੇਰੇ ਸਾਲੂ ਚ ਅੱਛਾ ਤੇਰੇ ਰੱਤ ਚ ਰਗਾ ਹੂੰ ਭਾਈ ਉਹਨੇ ਤਾਂ ਆਖਾ ਕਿਤੇ ਚਲ ਵੀ ਉਹੀ ਕਹਿੰਦੀ ਗਿਆ ਹਮ ਚੱਲ ਕਹਿੰਦੀ ਚੰਗਾ ਫਾਈ ਚੰਗਾ ਕਹਿ ਕੇ ਲੈ ਗਈ ਸਾਲੂ ਤਾਂ ਜਾ ਕੇ ਤੇ ਕੁੜੀਆਂ ਨਾਲ ਜਿਹੜੇ ਚੜ ਗਈ ਪੀਂਗ ਤੇ ਭਾਈ ਮੀ ਪੈ ਕੇ ਹਟਿਆਤੀ ਸਾਲੂ ਤਾਂ ਪਾਣੀ ਚ ਜੱਡ ਗਿਆ ਉਹਦਾ ਵਿਚਾਰੀ ਦਾ ਚੱਕ ਕੇ ਇਕੱਠਾ ਕਰ ਲਿਆ ਐ ਡੱਬ ਪੈਗੇ ਹੂੰ ਸਕਾ ਲਿਆ ਕੁੜੀਆਂ ਨੂੰ ਲਾ ਕੇ ਕਹਿੰਦੀ ਮੈਂ ਤਾਂ ਕਿ ਆਏ ਕਹੇ ਮੇਰੀ ਭਾਬੀ ਨੇ ਵੀ ਤੇਰੇ ਰੱਤ ਚਰਗਾ ਹੂੰ ਵੀ ਇਹ ਤਾਂ ਕੰਮ ਖਰਾਬ ਹੀ ਹੋ ਗਿਆ ਭਾਈ ਕੁੜੀਆਂ ਨੇ ਤਾਂ ਸਕਾ ਤਾਂ ਨਾਲ ਲੱਗ ਕੇ ਚਲ ਜਦੋਂ ਭਾਈ ਲਿਆ ਕੇ ਤਰਤਾ ਵੀ ਲੈ ਭਾਬੀ ਸਾਲੂ ਉਹ ਕਹਿੰਦੀ ਉੱਥੇ ਤਰ ਜਾ ਜਿੱਥੋਂ ਤੂੰ ਲਗਈਂ ਗਿਆ ਪੰਜ-ਪੰਜ ਦਿਨ ਤਾਂ ਤਫਾ ਵੀ ਨੇ ਕੋਈ ਗੌਰ ਨਾ ਕਰੀ ਪੰਜ-10 ਦਿਨਾਂ ਪਿੱਛੋਂ ਕਹਿੰਦੀ ਦੇਖਾ ਨਾ ਕੱਢ ਕੇ ਵੀ ਕਿਨੇ ਹੋਵੇਂ ਤਰਗੀ ਵਧੀਆ ਕਵੀ ਕੋਈ ਡੱਬ ਡੱਬ ਵਫਾ ਤੇ ਭਾਈ ਜਦੋਂ ਦੇਖਾ ਡੱਬ ਪਏ ਪਏ ਅੱਛਾ ਭਾਈ ਉਹ ਤਾਂ ਆਏ ਰਾਜੇ ਨੇ ਖਣਮੱਟੀ ਲੈ ਕੇ ਪਈ ਗਈ ਪਈ ਹੋਈ ਆ ਕੇ ਕਹਿੰਦਾ ਉਹ ਰਾਜਾ ਕਹਿੰਦਾ ਕਿ ਰਾਣੀ ਰਾਣੀ ਤੁੰਕੇ ਪਈ ਕਹਿੰਦੀ ਮੇਰਾ ਕੁਛ ਨਾ ਪੁੱਛ ਸਕਦਾ ਕਹਿੰਦਾ ਫੇਰ ਵੀ ਕਹਿੰਦੀ ਬੱਸ ਪੁੱਛਣ ਦੀ ਲੋੜ ਹੀ ਨਹੀਂ ਕਹਿੰਦਾ ਤੀਸਰਾ ਵਚਨ ਕਹਿੰਦੀ ਆਇਆ ਕਰਕੇ ਤੇਰੀ ਭੈਣ ਮੇਰਾ ਸਾਲੂ ਲੈ ਗਈ ਤੀ ਕਹਿੰਦੀ ਕਿਸੇ ਨੇ ਨਹੀਂ ਦਿੱਤਾ ਸੀਆਂ ਪਰ ਜਾਇਆਂ ਨੇ ਕਹਿੰਦੀ ਮੈਂ ਕਹਤਾ ਵੀ ਲੈ ਜਾ ਚੱਕ ਕੇ ਕਹਿੰਦੀ ਆਕੇ ਭਾਈ ਉਹਨੇ ਉਵੇਂ ਜਿਵੇਂ ਪੇਟੀ ਚ ਰੱਖਦਾ ਕਹਿੰਦੀ ਅੱਜ ਮੈਂ ਦੇਖੇ ਵੀ ਉਹ ਚ ਤਾਂ ਡੱਬ ਪਏ ਪਈ ਨੇ ਕਹਣਾ ਫਿਰ ਹੁਣ ਕਹਿੰਦੀ ਮੈਂ ਤਾਨੂੰ ਐ ਕਹਿ ਕੇ ਦਿੱਤਾ ਤੀ ਵੀ ਤੇਰੇ ਰੱਤ ਚ ਰਗਾਂ ਸਾਲੂ ਲੈ ਤਾਂ ਜਾ ਭਾਈ ਕਹਿੰਦਾ ਲੈ ਵੱਡੀ ਗੱਲ ਐ ਭਾਈ ਲੈ ਦੂਜੇ ਤੀਜੇ ਦਿਨ ਉਹਨੇ ਕੀ ਕਰਿਆ ਆਬ ਦੀ ਭੈਣ ਲੋਕਾਂ ਦਾ ਚੱਲ ਭਾਈ ਤੈਨੂੰ ਨਾਨਕੀ ਛੱਡ ਕੇ ਆਵਾ ਨਾਲੇ ਸਾਲੂ ਚੱਕ ਲਿਆ ਭਾਈ ਕੁੜੀ ਨੂੰ ਕੀ ਹਣਾ ਉਹਨੂੰ ਕਿ ਵਿਚਾਰੀ ਨੂੰ ਕੀ ਪਤਾ ਨਾਨਕ ਕਹਿੰਦੇ ਉਸ ਨੂੰ ਕੁੜੀ ਤਿਆਰ ਹੋਗੀ ਵਾਗੀ ਨਾਲ ਵਾਗੀ ਪਗਦਾ ਜੀਤਾ ਕਰਿਆ ਨਾ ਕੁੜੀ ਨੂੰ ਤਾਂ ਨਾਨਕੀ ਛੱਡਿਆ ਲੈ ਕੇ ਬੱਕਰਾ ਬੱਕਰੇ ਦੇ ਰੰਗ ਇਸ ਚ ਲਹੂ ਚ ਰੰਗ ਲਿਆ ਰਤ ਚ ਭਾਈ ਉਹ ਕਿਤੇ ਲੰਗੂ ਲੱਗ ਗਿਆ ਉਹਦੇ ਨਾਲ ਆ ਕੇ ਉਹਨੇ ਫੇਰ ਉੱਥੀ ਧਰਤਾ ਉਹਨੂੰ ਕਹਿੰਦੀ ਉਹ ਪੇਟੀ ਚ ਧਰ ਦੇ ਕੇ ਚਲਾ ਕਹਿੰਦਾ ਲਾ ਫੜ ਮੇਰੀ ਭਾਂਡ ਦੇ ਰੱਤ ਚ ਰੰਗ ਕੇ ਲਿਆਤਾ ਵੀ ਇਹ ਆ ਸਮ ਹੁਣ ਚੱਲ ਭਾਈ ਘਰਦਿਆਂ ਨੂੰ ਨਾ ਕਿਸੇ ਨੂੰ ਪਤਾ ਵੀ ਕੀ ਗੱਲ ਹੈ ਕੀ ਹੁੰਦੀ ਫਿਰਦੀ ਹੈ ਚੱਲ ਜਦੋਂ ਉਹ ਫੇਰ ਕਈ ਦਿਨ ਪਿਆ ਰਹਾ ਕਈ ਦਿਨ ਬਾਅਦ ਕਹਿੰਦੀ ਦੇਖਾ ਨਾ ਫਲਾ ਅਬ ਦਾ ਸਾਲੂ ਕਿਹਾ ਜਾਇ ਕਿਹਾ ਜਾ ਰੰਗ ਕੇ ਲਿਆ ਕੇ ਦਿੱਤਾ ਜਦੋਂ ਦੇਖਿਆ ਉਹਨੇ ਕੱਢ ਕੇ ਭਾਈ ਬੱਕਰੇ ਦੇ ਲੂੰ ਲੱਗੇ ਪਈ ਤੇ ਭਾਈ ਉਹਨੇ ਕੀ ਕਰਿਆ ਫੇਰ ਪੈਗੀ ਫੇਰ ਆ ਕੇ ਪੁੱਛਿਆ ਰਾਣੀ ਰਾਣੀ ਤੂੰ ਕਿਉਂ ਫੀ ਕਹਿੰਨੀ ਮੇਰਾ ਕੁੱਸਣਾ ਪੁੱਛ ਦੂਸਰਾ ਵਚਨ ਕਹ ਫੀ ਪਹਿਲੀ ਵਾਰ ਸਕ ਪੁੱਛਣ ਦੀ ਨਹੀਂ ਗੱਲ ਤਾਂ ਕਹਿੰਦਾ ਤੀਸਰਾ ਵਚਨ ਹੁਣ ਤਾਂ ਤੀਸਰਾ ਵੀ ਕਹਿਤਾ ਕਹਿੰਦੀ ਇੱਕ ਤੂੰ ਤਾਂ ਵਕਰੇ ਦੇ ਰੱਤ ਚ ਰੰਗ ਕੇ ਲਿਆ ਹੈ ਤੇਰੀ ਭੈਣ ਦੇ ਤਾਂ ਨਹੀਂ ਰੰਗਿਆ ਕਹਿੰਦੀ ਕਹਿੰਦੀ ਲੂੰਗ ਲੱਗੇ ਪਈ ਨਹੀਂ ਭਾਈ ਫੇਰ ਲੈ ਗਿਆ ਫੜ ਕੇ ਤੇ ਕਹਿੰਦਾ ਲਿਆ ਫੜਾ ਭਾਈ ਜਦੋਂ ਲੈ ਗਿਆ ਉਧਰੋਂ ਭੈਣ ਤੋੜ ਲਈ ਨਾਲ ਨਾਨਕਿਆਂ ਤੋਂ ਆ ਕੇ ਫਾਈ ਧੁੱਪਤੀ ਵਾਲੀ ਸੇਲਾ ਕੇ ਭਾਈਓ ਖੋਹੀ ਤੇ ਆਪਾਂ ਦੁਪਹਿਰਾ ਕੱਟਾਂਗੇ ਤੇ ਜਦੋਂ ਦੁਪਹਿਰਾ ਕੱਟਾਂਗੇ ਉੱਥੇ ਭਾਈ ਭੈਣ ਨੂੰ ਕਰਕੇ ਦੋ ਟੋਟੇ ਵਿੱਚ ਸਿੱਟਿਆ ਆ ਖੋਹੀ ਦੇ ਖੋਹੀ ਤਿਰਾ ਚ ਹੂੰ ਤੇ ਪਹਿਲਾ ਬੱਕਰਾ ਵੀ ਉੱਥੇ ਸਿੱਟਿਆ ਨੇ ਖੋਹੀ ਚ ਹੂੰ ਹੂੰ ਤੇ ਉੱਥੇ ਕਿਤਾਫਾ ਵੀ ਵਿੰਗਲੀ ਹਰੀ ਹੋਗੀ ਕਵੇਰੀ ਹੋਗੀ ਖੋਹੀ ਚ ਹੂੰ ਉੱਥੋਂ ਰੰਗ ਕੇ ਲਿਆ ਕੇ ਫੜਾਤਾ ਨੂੰ ਵੀ ਆ ਚੱਕ ਭਾਈ ਜਦੋਂ ਦੋ ਮਹੀਨੇ ਹੋ ਗਏ ਕੁੜੀ ਨੂੰ ਮਰੀ ਨੂੰ ਮਾ ਵਿਚਾਰੀ ਤੜਫਦੀ ਫਿਰਿਆ ਕਰੇ ਮੇਰੀ ਕੁੜੀ ਨਾਨਕੀ ਗਈਆ ਕੋਈ ਲੈਣ ਜਾਂਦਾ ਨਹੀਂ ਅੱਗੇ ਬੱਸਾਂ ਗੱਡੀਆਂ ਕਿਹੜੀਆਂ ਹੁੰਦੀਆਂ ਚੱਲ ਭਾਈ ਇਸ ਕੋਲੇ ਗਈ ਮਰਾਸੀ ਕੋਲੇ ਗਈ ਮਰਾਸੀ ਨੂੰ ਕਹਿੰਦੀ ਵੇ ਭਾਈ ਤੂੰ ਜਿਹੜੇ ਪੈਸੇ ਲੈਣੇ ਨੇ ਲੈ ਲਈ ਮੇਰੀ ਕੁੜੀ ਨਾਨਕੀ ਗਈ ਵੀ ਆ ਲਿਆ ਅੱਗੇ ਤਾਂ ਮਰਾਸੀ ਸਾਖ ਵੀ ਕਰ ਦਿੰਦੇ ਸਾਰਾ ਕੁਛ ਹੀ ਬਗਾਨਿਆ ਤੇ ਕਰਾਈ ਜਾਂਦੀ ਦੁਨੀਆ ਚੱਲ ਕਹਿੰਦਾ ਭਾਈ ਭੱਗ ਜਾਣਾ ਭਾਈ ਲੈ ਕੇ ਉਹ ਪਹਾੜਾ ਥਾੜਾ ਭੱਗ ਗਿਆ ਉਹ ਵੀ ਜਾ ਕੇ ਨਾ ਉੱਥੇ ਕਹਿੰਦਾ ਕਿ ਉੱਥੇ ਖੂਹੀ ਤੇ ਰਾਤ ਕੱਟੂ ਆਹ ਟਾਈਮ ਕੱਟੂ ਦਪਹਿਰਾ ਇਹ ਨਾਲੇ ਮੈਂ ਪਾਣੀ ਤਾਂ ਨਹੀਂ ਪੀ ਲ ਖੂਹੀ ਤੇ ਜਾ ਕੇ ਭਾਈ ਉਹ ਜਦੋਂ ਉਹਦੇ ਨਿਗਾ ਫੇਰੀ ਵੀ ਗਈ ਨੇ ਸੋਹਣੇ ਬੇਰ ਲੱਗੇ ਪਏ ਨੇ 베ਰੀ ਦੇ ਹੋਂ ਮਾਰਾ ਤਾਂ 베ਰ ਨਾ ਤੋੜ ਕੇ ਖਾਲਾ ਚਾਰ ਭਾਈ ਜਦੋਂ 베ਰ ਤੋੜਨ ਲੱਗਿਆ ਉਹ ਬੋਲ ਪੀ ਵਿੱਚ ਕਹਿੰਦੀ ਸਾਡੇ ਪਿੰਡ ਦੇ ਮਰਾਸੀਆ ਮੇਰੇ ਹੱਥ ਨਾ ਲਾਈ ਮੇਰੇ ਪੈਰ ਨਾ ਲਾਈ ਮੇਰੇ ਵੱਡੇ ਵੀਰ ਨੇ ਖੂਨ ਗਿਆਰਿਆ ਉਹ ਫਾਈਂ ਕਹਿੰਦਾ ਫੇਰ ਕਹੀ ਭਾਈ ਵੀ ਮੈਂ ਨਹੀਂ ਤੋੜਦਾ ਵੇਰ ਤਾਂ ਫੇਰ ਫੇਰ ਕਹਿੰਦੀ ਸਾਡੇ ਪਿੰਡ ਦੇ ਅਮਰਾਸੀਆ ਮੇਰੇ ਹੱਥ ਨਾ ਲਾਈ ਮੇਰੇ ਪੈਰ ਨਾ ਲਾਈ ਮੇਰੇ ਵੱਡੇ ਵੀਰ ਨੇ ਖੂਨ ਗਿਆਰਿਆ ਅਈ ਉੱਥੋਂ ਤਾਂ ਮੁੜ ਪਿਆ ਵੀ ਸਾਹਿਬ ਬੋਲਦੀ ਇੱਥੇ ਤਾਂ ਇੱਥੇ ਹੋਰ ਕੀ ਹੈ ਵੀ ਮੈਂ ਤਾਂ ਗਾਹਾਂ ਜਾ ਨਹੀਂ ਸਕਦਾ ਭਾਈ ਉੱਥੇ ਮੁੜ ਕੇ ਆ ਕੇ ਉਹਦੀ ਮਾਂ ਕਹਿੰਦੀ ਵੇ ਭਾਈ ਤੈਨੂੰ ਤੋਰਿਆ ਤੀ ਤਾਂ ਮੈਨੂੰ ਕੋਈ ਆ ਕੇ ਜਵਾਬ ਸਵਾਲ ਇਹਨਾਂ ਦਿੱਤਾ ਕੁੜੀ ਨੂੰ ਲਿਆ ਲੈਣਾ ਮੇਰੀ ਨੂੰ ਕਹਿੰਦਾ ਮਾਈ ਮੈਂ ਤਾਂ ਰਾਹ ਚ ਹੀ ਮੁੜਿਆ ਧੁਰ ਗਿਆ ਨਹੀਂ ਜੀ ਉੱਥੇ ਸਹਿ ਰੋਲਦੀਆ ਰਾਹ ਚ ਉਹ ਸਾਈ ਤੋਂ ਕਹਾਂ ਮੰਦਾਲਾ ਕੀ ਨਹੀਂ ਸਕਦਾ ਮੋ ਨਹੀਂ ਹੁੰਦਾ ਬੰਦੇ ਦਾ ਉਹ ਦੂਗਾ ਭਾਈ ਫੇਰ ਚ ਫੱਕਰੀ ਰਹੀ ਭਾਈ ਤੁਰਦਾ ਫਿਰਦਾ ਕਿਤੇ ਕੋਈ ਜੋਗੀ ਆ ਗਿਆ ਉੱਥੇ ਉਹ ਉਸੇ ਸਤੇ ਜੋਗੀ ਨੇ ਕੀ ਕਰਿਆ ਅਹੋ ਵੱਢ ਲਈ ਬਿੰਜਲੀ ਜਦੋਂ ਬੋਲਦੀ ਸੀ ਉਹਨੇ ਆਖਿਆ ਵੀ ਮੇਰੀ ਤਰਜਕਾਰ ਲੱਗ ਜੂਗੀ ਜਦੋਂ ਉਹਨੇ ਵੇਰ ਤੋੜੇ ਉਹਨੂੰ ਵੀ ਐਂ ਸੁਣਾਤਾ ਕਹਿੰਦੀ ਸਾਡੇ ਪਿੰਡ ਦੇ ਆ ਜੋਗੀਆ ਮੇਰੇ ਹੱਥ ਨਾ ਲਾਈਂ ਮੇਰੇ ਪੈਰ ਨਾ ਲਾਈਂ ਮੇਰੇ ਵੱਡੇ ਵੀਰ ਨੇ ਖੂਨ ਗੁਜ਼ਾਰਿਆ ਭਾਈ ਉਹ ਕਹਿੰਦਾ ਭਾਈ ਚੰਗਾ ਫੇਰ ਕਾ ਭਾਈ ਫੇਰ ਐਂ ਕਹਤਾ ਤੇਰੀ ਸਾਡੇ ਪਿੰਡ ਦੇ ਆ ਜੋਗੀਆ ਮੇਰੇ ਹੱਥ ਨਾ ਲਾਈਂ ਮੇਰੇ ਪੈਰ ਨਾ ਲਾਈਂ ਮੇਰੇ ਵੱਡੇ ਵੀਰ ਨੇ ਖੂਨ ਗੁਜ਼ਾਰਿਆ ਫਾਈ ਉਹਨੇ ਤਾਂ ਬਿੰਜਲੀ ਵੱਢ ਲਈ ਗੱਲ ਮਕਾ ਕਹਿੰਦਾ ਲੈ ਕੇ ਜਾਉਂ ਕਰੇ ਮੇਰੀ ਤਾਂ ਰੋਟੀ ਬਣ ਜੂਗੀ ਮੈਨੂੰ ਕੀ ਕਰ ਦੂ ਇਹ ਸਹ ਬੋਲ ਕੇ ਚੱਲ ਫਾਈ ਆ ਲੈ ਆ ਲੈ ਕੇ ਤੇ ਫਾਈ ਗਤ ਮੰਨਣ ਆ ਗਿਆ ਉਹਨੂੰ ਕੀ ਪਤਾ ਵੀ ਕੋਈ ਇੰਨਾ ਕਰਾਂ ਦੀ ਰਾਜੇ ਰਾਣਿਆਂ ਦੇ ਮੰਗਣ ਜਦੋਂ ਆ ਗਿਆ ਫਾਈ ਆ ਕੇ ਉਹਨੇ ਉਹਦੀ ਪਰਜਾਈ ਦੇ ਜਦੋਂ ਆ ਕੇ ਕਿਹਾ ਬੋਲ ਬੋਲ ਬਿੰਜਲੀ ਮੇਰੇ ਵੀਰ ਨਦੇਵਾਰ ਉਠਨੀ ਪਾਬੋ ਗਜਾ ਪਾ ਤੇਰੇ ਜੋਗੀ ਖੜਾ ਦਿਲਵਾਰ ਐ ਇਹ ਕਹਿੰਦੀ ਫੇਰ ਕਹੀ ਵੇ ਭਾਈ ਫੇਰ ਕਹੀਂ ਤੈਨੂੰ ਦੋ ਥਾਲ ਮੋਤੀਆਂ ਦੇ ਪਾਉ ਭਾਈ ਉਹਨੇ ਫੇਰ ਕਹਤਾ ਬੋਲ ਬੋਲ ਵਿਂਜਲੀ ਮੇਰੇ ਵੀਰ ਨੂੰ ਦੇਵਾਰ ਉਠਨੀ ਪਾਬੋ ਗਜਾ ਪਾ ਤੇਰੇ ਜੋਗੀ ਖੜਾ ਦਿਲਵਾਰ ਭਾਈ ਦੋ ਥਾਲ ਉਹਨੇ ਪਾ ਤੇ ਦੂਜੀ ਦੇ ਲੱਗ ਗਿਆ ਦੂਜੀ ਦੇ ਵੀ ਜਾ ਕੇ ਉਹਨੇ ਐਂ ਕਿਹਾ ਕੰਦੀ ਬੋਲ ਬੋਲ ਵਿਂਜਲੀ ਮੇਰੇ ਵੀਰ ਨ ਦੇਵਾਰ ਉਠਨੀ ਪਾਬ ਗਜਾ ਪਾ ਤੇਰੇ ਜੋਗੀ ਖੜਾ ਦਿਲਵਾਰ ਹੋ ਕੰਦੀ ਇੱਕ ਵਾਰੀ ਹੋਰ ਕਹ ਭਾਈ ਮੈਂ ਵੀ ਤੈਨੂੰ ਦੋ ਥਾਲ ਪਾਉ ਭਾਈ ਉਹਦੇ ਵੀ ਦੋ ਵਾਰੀ ਕਹਾ ਕਹਦਾ ਬੋਲ ਬੋਲ ਵਿਂਜਲੀ ਮੇਰੇ ਵੀਰ ਨ ਦੇਵਾਰ ਉਠਨੀ ਪਾਬ ਗਜਾ ਪਾ ਤੇਰੇ ਜੋਗੀ ਖੜਾ ਦਿਲਵਾਰ ਭਾਈ ਤੀਜੀ ਦੇ ਵਾਗ ਗਿਆ ਤੀਜੀ ਦੇ ਵੀ ਜਾ ਕੇ ਕਹਿਤਾ ਬੋਲ ਬੋਲ ਬਿੰਜਲੀ ਮੇਰੇ ਵੀਰ ਨ ਦੇਵਾਰ ਉਠਨੀ ਪਾਬ ਗਜਾ ਪਾ ਤੇਰੇ ਜੋਗੀ ਖੜਾ ਦਲਵਾਰ ਉਹ ਕਹਿੰਦੀ ਫੇਰ ਕਹੇ ਭਾਈ ਸ਼ੇਰ ਕਹ ਫਾਈ ਫੇਰ ਕਹਤਾ ਬੋਲ ਬੋਲ ਬਿੰਜਲੀ ਮੇਰੇ ਵੀਰ ਨ ਦੇਵਾਰ ਉਠਨੀ ਪਾਬ ਗਜਾ ਪਾ ਤੇਰੇ ਜੋਗੀ ਖੜਾ ਦਲਵਾਰ ਹੈ ਚੌਥੀ ਦੇ ਵਾਗ ਅ ਚੌਥੀ ਦੇ ਜਾ ਕੇ ਵੀ ਬੋਲ ਬੋਲ ਬਿੰਜਲੀ ਮੇਰੇ ਵੀਰ ਨ ਦੇਵਾਰ ਉਠਨੀ ਪਾਬੋ ਗਜਾ ਪਾ ਤੇਰੀ ਜੋਗੀ ਖੜਾ ਦਲਵਾਰ ਉਹ ਕਹਿੰਦੀ ਫੇਰ ਤੈਹੀਂ ਆ ਭਾਈ ਫੇਰ ਤੈਹੀਂ ਦੋ ਥਾਲੀ ਮੈਂ ਭਾਉ ਤੇਰੀ ਮੋਤੀਆਂ ਦੇ ਭਾਈ ਫੇਰ ਕਹਤਾ ਬੋਲ ਬੋਲ ਬਿੰਜਲੀ ਮੇਰੇ ਵੀਰ ਨ ਦੇਵਾਰ ਉਠਨੀ ਪਾਬੋ ਗਜਾ ਪਾ ਤੇਰੀ ਜੋਗੀ ਖੜਾ ਦਲਵਾਰ ਪਈ ਪੰਜਮੀ ਦੇ ਵਾਗਿਆ ਪੰਜਮੀ ਦੇ ਜਾ ਕੇ ਵੀ ਬੋਲ ਬੋਲ ਵੀਂਜਲੀ ਮੇਰੇ ਵੀਰ ਨ ਦੇਵਾਰ ਉਠਨੀ ਪਾਬ ਗਜਾ ਪਾ ਤੇਰੀ ਜੋਗੀ ਖੜਾ ਦਲਵਾਰ ਉਹ ਕਹਿੰਦੀ ਭਾਈ ਫੇਰ ਕਦ ਮੈਂ ਵੀ ਦੋ ਥੜਾ ਪਾਉ ਤੈਨੂੰ ਮੋਤੀਆਂ ਦੇ ਭਾਈ ਫੇਰ ਕਹੇ ਤਾਂ ਬੋਲ ਬੋਲ ਵੀਂਜਲੀ ਮੇਰੇ ਵੀਰ ਨ ਦੇਵਾਰ ਉਠਨੀ ਪਾਬ ਗਜਾ ਪਾ ਤੇਰੀ ਜੋਗੀ ਖੜਾ ਦਲਵਾਰ ਸਿਮੀ ਦੇ ਵਾਗ ਸਿਮੀ ਦੇ ਜਾ ਕੇ ਵੀ ਉਹਨੇ ਇਹੀ ਆਖਿਆ ਬੋਲ ਬੋਲ ਬਿੰਜਲੀ ਮੇਰੇ ਵੀਰ ਨ ਦੇਵਾਰ ਉਠਨੀ ਪਾਬੋ ਗਜਾ ਪਾ ਤੇਰੇ ਜੋਗੀ ਖੜੇ ਦਲਵਾਰ ਲੋਕਾਂ ਦੀ ਫੇਰ ਕਹਵੇ ਭਾਈ ਫੇਰ ਕਹ ਮੈਂ ਵੀ ਦੋ ਥੜ ਪਾਉ ਤੈਨੂੰ ਭਾਈ ਫੇਰ ਕਹਤਾ ਉਹਦੇ ਬੋਲ ਬੋਲ ਬਿੰਜਲੀ ਮੇਰੇ ਵੀਰ ਨ ਦੇਵਾਰ ਉਠਨੀ ਪਾਬੋ ਗਜਾ ਪਾ ਤੇਰੇ ਜੋਗੀ ਖੜਾ ਦਲਵਾਰ ਫੈਸ ਉਹ ਤਾਂ ਵੀ ਦੋ ਥੜਾ ਪਵਾਲੇ ਸਤਵੀਂ ਦੇ ਵਾਗ ਗਿਆ ਜਦੋਂ ਸਤਵੀਂ ਦੇ ਵਾਗ ਗਿਆ ਉੱਥੇ ਜਾ ਕੇ ਤਾਂ ਉਹ ਬਿੰਜਲੀ ਕਹਿੰਦੀ ਬੋਲ ਬੋਲ ਬਿੰਜਲੀ ਇਹ ਸਪਾਪੀ ਦੇਵਾਰ ਉਠਣੀ ਪਾ ਆਪਣੇ ਗਜਾ ਪਾ ਤੇਰੇ ਜੋਗੀ ਖੜੇ ਦਰਵਾਰ ਫਾਈ ਪੈ ਗਈ ਮੰਗਰ ਉਹ ਕਹਿੰਦੀ ਵੀ ਕਿ ਇੱਧਰ ਤਾਂ ਪਾ ਬੋਤੇ ਪਾਈ ਕਹਿੰਦੀ ਸੀ ਇੱਧਰ ਪਾਪਣ ਕਈ ਨਹੀਂ ਆਕੇ ਤੇ ਕੇ ਮੈਂ ਨਹੀਂ ਕੁਛ ਵੀ ਪਾਉਂਦੀ ਬਗ ਜਾ ਇੱਥੋਂ ਭਾਈ ਮੁੜ ਗਿਆ ਜੋ ਕੀ ਨਹੀਂ ਤਾਂ ਮੁੜ ਨਹੀਂ ਤੀ ਉਹਦੀ ਮਾਂ ਦੇ ਵਾਗ ਗਿਆ ਮਾਂ ਦੇ ਜਾ ਕੇ ਕਹਿੰਦੇ ਵੀ ਬੋਲ ਬੋਲ ਬਿੰਜਲੀ ਇਸ ਦਾ ਬਲ ਦੇਵਾਰ ਉਠਨੀ ਮਾਤਾ ਗਜਾਪਾ ਤੇਰੀ ਜੋਗੀ ਖੜੇ ਦਰਬਾਰ ਭਾਈਓ ਕਹਿੰਦੀ ਵੇ ਭਾਈ ਫੇਰ ਕਹੀਂ ਮੈਂ ਤੈਨੂੰ ਦੋ ਥਾਲ ਮੈਂ ਵੀ ਪਾਉਂਗੀ ਭਾਈ ਉੱਥੇ ਵੀ ਫੇਰ ਕਹਤਾ ਬੋਲ ਬੋਲ ਬਿੰਜਲੀ ਇਸ ਦਾ ਬਲ ਦੇਵਾਰ ਉਠਨੀ ਮਾਤਾ ਗਜਾਪਾ ਤੇਰੀ ਜੋਗੀ ਖੜਾ ਦਰਬਾਰ ਰੋਕ ਲਈ ਦੇ ਪਾਈ ਤੈਨੂੰ ਇਹ ਗੱਲ ਕਹਾ ਮੰਨੇਗਾ ਕਹਿੰਦਾ ਹਾਂ ਮਾਈ ਮੰਨੇ ਜੋ ਕੋਈ ਗੱਲ ਨਹੀਂ ਕਹਿੰਦੀ ਆ ਤਾਂ ਮੈਨੂੰ ਦੇ ਜਾ ਵਿਂਝਲੀ ਮੈਂ ਤਾਂ ਰੋਜ਼ ਇਹ ਗੱਲ ਸੁਣਿਆ ਕਰੂ ਵਿਂਝਲੀ ਤੋਂ ਇਹ ਤੂੰ ਜਿਹੜਾ ਕੁਝ ਲੈ ਜਾਣਾ ਮੇਰੇ ਘਰੋਂ ਤਨਮਾਰ ਲੈ ਜਾ ਭਾਈ ਉਹਨੇ ਕੀ ਕਰਿਆ ਕਹਿੰਦਾ ਮਾਈ ਦੇ ਤਾਂ ਮੈਂ ਜਾਉਂ ਵੀ ਵਿਂਝਲੀ ਤਾਂ ਮੈਂ ਸੈਨੂੰ ਦੇ ਜੂ ਪਰ ਇਹ ਅੱਗੇ ਆਲੇ ਹੁੰਦੇ ਆਪਣੇ ਕੱਚੇ ਕੰਧਾਂ ਚ ਡੜਿਆਲੇ ਉਹਦੇ ਚ ਘਨਾਤਾਂ ਆਇ ਕਰੀ ਇਹਨੂੰ ਲਾਲ ਕੱਪੜੇ ਚਲਕੋ ਕੇ ਸਵਾਮੀ ਨਾਰਾ ਦੇਖੀ ਭਾਈ ਉਹਨੂੰ ਤਾਂ ਹੁਣ ਪਤਾ ਹੀ ਤੀ ਜਦੋਂ ਉਹ ਬਿੰਦਲੀ ਵੱਡ ਕੇ ਲਿਆਤੀ ਵੀ ਇਹ ਚ ਇਹਦੀ ਕੁੜੀ ਦਾ ਬੋਰਦੀ ਆ ਚੱਲ ਭਾਈ ਜਦੋਂ ਸਵਾਮੀ ਨਾ ਭਾਈ ਘਨੀ ਮਾ ਸਵਾਮੀ ਨਹੀਂ ਨਹੀਂ ਖੋਲਦੀ ਆਲਾ ਭਾਈ ਉਹਤੇ ਧਰਕੇ ਤੇ ਅੰਦਰ ਸਵਾਮੀ ਨਾ ਉਹਨੇ ਨਾ ਵਿਚਾਰੀ ਨੇਗਾ ਸੇੜਿਆ ਵੀ ਜਾਮਾ ਲਈ ਆ ਜਾਂਦੇ ਅਸੀਂ ਉਹਨੂੰ ਕਹਿੰਦੀ ਤੂੰ ਜਿਹੜਾ ਕੁਝ ਲਗਾਣਾ ਜੋਗੀ ਨੂੰ ਕਹਿੰਦੀ ਤੂੰ ਲੈ ਜਾ ਮੇਰੇ ਕਰੋ ਫਾਈਲ ਲਾਇਗਿਆ ਜੋਗੀ ਸਵਾ ਮਹੀਨੇ ਬਾਅਦ ਜਦੋਂ ਭਾਈ ਉਹਨੇ ਦੇਖਿਆ ਵੀ ਸਵਾ ਮਹੀਨਾ ਤਾਂ ਹੁਣ ਹੋ ਗਿਆ ਉੱਤੇ ਲੰਘਦਾ ਸਮਾਂ ਵੀ ਆਲਾ ਨਾ ਖੋਲ ਕੇ ਦੇਖਾਂ ਜਦੋਂ ਦੇਖਿਆ ਭਾਈ ਵਿੱਚ ਕੁੜੀ ਬਣੀ ਬੈਠੀ ਮਟੈਰ ਜਵਾਨ ਵੀ ਭਾਈ ਭੱਜ ਕੇ ਤਾਂ ਕੁੜੀ ਆਵਦੀ ਮਾਂ ਨੂੰ ਗੋਲੀ ਭੱਜ ਕੇ ਮਾਂ ਮਿਲੀ ਤੇ ਭਾਈ ਇਹ ਜੇ ਕੰਮ ਆਗਲੇ ਜਵਾਨਾਂ ਚ ਹੁੰਦੇ ਸੀ ਦੇਖ ਲੈ ਹੂੰ ਤੇ ਡੀਪ ਕੀ ਬਾਤ ਐ ਤਾਂ ਨਵਾ ਦੋਸਤੋ ਸਾਰਿਆਂ ਦਾ ਮਿਲਦੇ ਆਂ ਅਗਲੀ ਵੀਡੀਓ ਵਿੱਚ